इब्तदा है रब्बे जलील के बाबरकत नाम से, जो दिलों के बेद खूब जानता है, जो तेरी मेरी शाराग से भी करीब है। अदब इंसान का जेवर है, सबसे बेहतर लुकमा वो है जो अपनी मेहनत से हासिल किया जाए। अज भरावान की खिदमत दे विच एक पहलन झोटी की वीडियो लैके हाजिर होए हैं। माशाला प्योर नीली का जानवर है, तो तुम वेख रहे जी ओकाड़ा एनीमल टीवी, तो मैं थोड़ा दोस्त राय साकब अली खरल। ਭਰਾਵਾਂ ਲਈ ਮਿਹਨਤ ਕੋਸ਼ਿਸ਼ ਕਰੀ ਦੀ, ਸਾਡੀ ਮਿਹਨਤ ਦਾ ਮੁੱਲ ਇਹ ਹੀ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਲੱਗੀ ਬੈਲ ਦੀ ਘੰਟੀ ਨੂੰ ਦਬਾਓ, ਤਾਂ ਕਿ ਇਹ ਜੇ ਜਾਨਵਰਾਂ ਦੀ ਵੀਡੀਓ ਤੁਸੀਂ ਵੇਖ ਸਕੋ। ਸਾਡੀ ਲੋਕੇਸ਼ਨ ਹੈਗੀ ਹੈ ਤਹਿਸੀਲਵਾ ਜ਼ਿਲ੍ਹਾ ਸਾਹੀਵਾਲ, ਨੂਰ ਸ਼ਾਹ ਦਾ ਇਲਾਕਾ ਹੈ, ਜਿਹੜਾ ਕਿ ਪੂਰੇ ਪਾਕਿਸਤਾਨ 'ਚ ਮੰਨਿਆ ਜਾਂਦਾ ਹੈ। ਅੱਡਾ ਗੈਂਬਰ ਇਹਨੂੰ ਅਟੈਚ ਹੁੰਦਾ, ਅੱਡੇ ਗੈਂਬਰ ਤੋਂ ਕੋਈ 7-8 ਕਿਲੋਮੀਟਰ ਉੱਤੇ ਹੀ ਰੋਡ ਦੇ ਚਾਚੇ ਹੋਰਾਂ ਦੀ ਰਹਿਸ਼ ਹੈ। ਅਤੇ ਇਨਸ਼ਾਅੱਲਾ ਤਾਲਾ ਹੁਣ ਤੁਹਾਨੂੰ ਜਾਨਵਰ ਵਹਾਣੇ ਆ, ਜਿਹੜੇ ਮੇਰੇ ਭਰਾ ਦੇ ਪਸੰਦ ਆਵੇ ਅਤੇ ਤੁਸੀਂ ਇਹ ਸਾਡੇ ਨਾਲ ਰਾਬਤਾ ਕਰਕੇ ਖਰੀਦਦਾਰੀ ਕਰ ਸਕਦੇ ਜੇ। ਮੇਰਾ ਕੈਮਰਾਮੈਨ ਸਾਹਿਬ ਤੁਹਾਨੂੰ ਜਾਨਵਰ ਵਹਾਉਂਦਾ। ਮਾਸ਼ਾਅੱਲਾ ਹੁਸਨ ਬੜਾ, ਮਾਸ਼ਾਅੱਲਾ ਕਮਾਲ ਦੀ ਝੋਟੀ ਹੈ, ਪੂਰੇ ਥੱਬਿਆਂ ਦਾ ਲਿਬਾਸ ਹੈ। ਮਾਸ਼ਾਅੱਲਾ ਆਰਡਰ ਕੁਆਲਿਟੀ ਕਿਆ ਹੀ ਕਹਿਣਾ, ਸੁਭਾਨ ਅੱਲਾ। ਇਨਸ਼ਾਅੱਲਾ ਤਾਲਾ ਭਰਾਵਾਂ ਨੂੰ ਵਹਾਉਣ ਵਾਲੀਆਂ ਤਸੱਲੀਆਂ ਹਰ ਚੀਜ਼ ਦੀ। ਕੱਚੀ ਸੂਈ ਅੱਜ ਦੂਸਰਾ ਦਿਨ ਹੈ ਚਾਚੇ ਹੋਰੀ। ਚਾਚਾ ਜੀ ਕਿੰਨਵਾਂ ਦਿਨ ਅੱਜ ਸੂਈ ਨੂੰ? ਕੱਲ੍ਹ ਸੂਈ ਹੈ। ਮਾਸ਼ਾਅੱਲਾ ਬਰੀਕੀਆਂ 'ਚ ਝੋਟੀ ਹੈ, ਭਰਾਵਾਂ ਨੂੰ ਵਹਾਉਣ ਵਾਲੀਆਂ ਤਸੱਲੀਆਂ। ਵੇਖੋ ਜੀ, ਖਰੀਦਦਾਰੀ ਉਹਨੇ ਹੀ ਕਰਨੀ ਹੈ ਜਿਹਦੇ ਨਸੀਬਾਂ 'ਚ ਇਨਸ਼ਾਅੱਲਾ ਤਾਲਾ ਅੱਲਾ ਪਾਕ ਨੇ ਦਾ ਦੁੱਧ ਲਿਖਿਆ। ਬਕਾਇਆ ਵਹਾਉਣ ਵਾਲੀਆਂ ਤਸੱਲੀਆਂ, ਸਫੈਦ ਅੱਖ, ਛੋਟੀ ਛੋਟੀ ਸਿੰਘੀ ਹੈ, ਖੂਬਸੂਰਤੀ ਬੜੀ, ਲਾਮ ਬੜੀ, ਬਿਲਕੁਲ ਗਰਦਨ ਬਰੀਕ ਹੈ, ਛੋਟਾ ਜਿਹਾ ਜਨਾਬੇ ਵਾਲੀ ਸਿਹਰੇ, ਸੋਹਣੀ ਮਾਸ਼ਾਅੱਲਾ ਝੋਟੀ। ਜਿੰਨੀ ਕੁ ਵੀ ਵਹਾਉਣ ਵਾਲੀਆਂ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਤਾਲਾ ਤਸੱਲੀਆਂ ਕਰਾਵਾਂਗੇ। ਅਗਰ ਮੇਰੇ ਕਿਸੇ ਭਰਾ ਦੇ ਮਾਸ਼ਾਅੱਲਾ ਕਦ ਕਾਠ ਬੜਾ ਹੈ, ਲਿਬਾਸ, ਟੁਰਨ ਫਿਰਨ ਵੀ ਮੇਰੇ ਭਰਾ ਚੈੱਕ ਕਰ ਰਹੇ ਨੇ, ਮਾਸ਼ਾਅੱਲਾ ਸੋਹਣਾ। ਇਨਸ਼ਾਅੱਲਾ ਤਾਲਾ ਜੋ ਕੁਛ ਵੀ ਹੈ ਤਸੱਲੀ ਨਾਲ ਵਹਾਵਾਂਗੇ। ਅੱਜ ਦੂਸਰਾ ਦਿਨ ਇਹਨੂੰ ਜਨਾਬ ਬੱਚਾ ਡਿਲੀਵਰ ਕੀਤਾ, ਥੱਲੇ ਵੀ ਕੱਟੀ ਮਾਸ਼ਾਅੱਲਾ, ਮਾਂ ਤਰ੍ਹਾਂ ਬੜੀ ਖੂਬਸੂਰਤ ਕੱਟੀ ਹੈ। ਨਾੜਵਾ ਵੀ ਉਵੇਂ ਹੀ ਬਿਲਕੁਲ ਮਾਂ ਰੰਗੀ ਕੱਟੀ, ਸਫੈਦ ਅੱਖਾਂ, ਸੋਹਣੀ ਮਾਸ਼ਾਅੱਲਾ। ਇਨਸ਼ਾਅੱਲਾ ਤਾਲਾ ਆਪਦੇ ਵੱਲੋਂ ਤਾਂ ਪੂਰੀ ਤਸੱਲੀ ਕਰਾਵਾਂਗੇ। ਵੇਖੋ ਜੀ, ਇਨਸ਼ਾਅੱਲਾ ਤਾਲਾ ਜਿਵੇਂ ਸ਼ਾਇਰ ਕਹਿੰਦਾ, ਇਰਾਦੇ ਜਿਨਕੇ ਪੁਖਤਾ ਹੋਣ, ਨਜ਼ਰ ਜਿਨਕੀ ਖੁਦਾ ਪਰ ਹੋ, ਵੋ ਤਲਾਤਮ ਖੇਜ਼ ਮੌਜੋਂ ਸੇ ਘਬਰਾਇਆ ਨਹੀਂ ਕਰਤੇ। ਇਨਸ਼ਾਅੱਲਾ ਤਾਲਾ ਪੂਰੀਆਂ ਬਰੀਕੀਆਂ ਅੱਲਾ ਮੇਰੇ ਦੇ ਹੁਕਮ ਨਾਲ। ਵੇਖੋ ਜੀ, ਚਾਚੇ ਹੋਰਾਂ ਕੋਲੋਂ ਪੁੱਛਾਂਗੇ ਕੀ ਇਹਦੀ ਡਿਮਾਂਡ ਸ਼ਿਮਾਂਡ ਕਰਦੇ ਨੇ, ਕੀ ਇਹਦਾ ਲੇਖਾ ਹੈ। ਬਕਾਇਆ ਸੋਹਣੀਆਂ ਮਾਸ਼ਾਅੱਲਾ ਥਣਾਂ ਦੀਆਂ ਵਿਰਲਾਂ, ਅੱਛਾ ਚਾਚਾ ਕਿਹੜੀ ਨਸਲ ਦੀ ਹੈ? ਇਹ ਪੁੱਤਰ ਖਾਸ ਨੀਲੀ ਦੀ ਮੈਂ, ਤੇ ਬਹੁਤ ਢੇਰ ਚੰਗੀ ਮਾਸ਼ਾਅੱਲਾ, ਕਾਦਮ ਝੋਟੀ ਦਾ ਬੜਾ ਸੋਹਣਾ ਸੁਥਰੀ ਹੈ। ਹਾਂਜੀ, ਤੇ ਮਗਰ ਵੀ ਕੱਟੀ ਹੈ। ਹਾਂਜੀ, ਤੇ ਦੋ ਮਾਵਾਂ ਤੇ ਆ ਮਾਸ਼ਾਅੱਲਾ, ਉਹ ਵੀ ਕੱਟੀ ਹੈ ਤੇ ਮਗਰ ਵੀ ਕੱਟੀ ਹੈ ਇਨਸ਼ਾਅੱਲਾ ਤਾਲਾ। ਹਾਂਜੀ ਮਾਸ਼ਾਅੱਲਾ ਜੀ, ਅੱਛੀ ਮੈਂ ਝੋਟੀ ਮਾਸ਼ਾਅੱਲਾ, ਤੁਸੀਂ ਆ ਵੇਲੇ ਪੈ ਜੇ ਇਹਦੇ ਵਿੱਚ। ਹਾਂਜੀ ਖਾਸ ਨੀਲੀ ਦੀ ਹੈ। ਹਾਂਜੀ ਮਾਸ਼ਾਅੱਲਾ, ਅੱਗੋਂ ਬਿਲਕੁਲ ਨੀਵੀਂ, ਪਿੱਛੋਂ ਚੌੜੀ, ਪੂਰੇ ਥੱਬਿਆਂ ਦੇ ਵਿੱਚ ਮਾਸ਼ਾਅੱਲਾ ਪਿੱਛੋਂ ਆਉਂਦੀ। ਥਣ ਵੀ ਮਾਸ਼ਾਅੱਲਾ ਸੋਹਣਾ ਹੈ ਜਨਾਬ, ਪੂਰਾ ਰੁਗ ਰੁਗ ਦਾ ਥਣ ਹੈ, ਵਿਰਲਾਂ ਸ਼ਿਰਲਾਂ ਵੀ ਸੋਹਣੀਆਂ ਨੇ। ਇਨਸ਼ਾਅੱਲਾ ਤਾਲਾ ਬਾਕੀ ਹੁਣ ਚਾਚੇ ਨਾਲ ਇਹਦੀਆਂ ਰੇਟ ਦੀਆਂ ਗੱਲਾਂ ਕਰਾਂਗੇ, ਕੀ ਇਹਦੀ ਡਿਮਾਂਡ ਸ਼ਮਾਂਡ ਕਰਦੇ ਨੇ। ਅਤੇ ਬਕਾਇਆ ਜਿਹੜੇ ਮੇਰੇ ਭਰਾ ਵੇਖਣ ਵਾਲੇ ਨੇ, ਉਹ ਸਾਡੇ ਨਾਲੋਂ ਵੀ ਬਹੁਤ ਸਿਆਣੇ ਹੁੰਦੇ ਨੇ ਇਹਨਾਂ ਚੀਜ਼ਾਂ ਦੀ, ਜਿਹੜੇ ਪਰਖ ਕਰਦੇ ਨੇ। ਅਤੇ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਤਾਲਾ ਵੀ ਜਿਹੜਾ ਨਾ ਰੇਟ ਵੀ ਮੁਨਾਸਿਬ ਔਰ ਸੋਹਣਾ ਹੋਵੇ। ਹੁਸਨ ਬੜਾ ਝੋਟੀ ਕੋਲੇ, ਖੂਬਸੂਰਤੀ, ਤਾਰੀਫ ਉਸ ਖੁਦਾ ਕੀ ਜਿਸਨੇ ਜਹਾਂ ਬਣਾਇਆ, ਕੈਸੀ ਜ਼ਮੀਨ ਬਣਾਈ, ਕਿਆ ਆਸਮਾਂ ਬਣਾਇਆ। ਬਾਕੀ ਅੱਲਾ ਪਾਕ ਨੇ ਜਨਾਬ ਤੋਹਫੇ ਬਣਾਏ ਨੇ ਮੇਰਿਆਂ ਭਰਾਵਾਂ ਲਈ।
ਅਗਰ ਵੇਖੋ ਜਿਹਦੇ ਨਸੀਬਾਂ 'ਚ ਉਹਨੇ ਖਰੀਦਦਾਰੀ ਕਰਨੀ ਹੈ ਅਤੇ ਬਕਾਇਆ ਇਨਸ਼ਾਅੱਲਾ ਤਾਲਾ ਕੋਸ਼ਿਸ਼ ਇਹੀ ਹੈ ਵੀ ਜਾਨਵਰ ਤਸੱਲੀ ਨਾਲ ਚੈੱਕ ਕਰਾਇਆ ਜਾਵੇ। ਹੁਣ ਤੁਹਾਨੂੰ ਇਹਦੇ ਰੇਟ ਰੂਟ ਦੀਆਂ ਵੀ ਗੱਲਾਂ ਸਾਰੀਆਂ ਕੀ ਇਹਦਾ ਦੁੱਧ ਦਾ ਰਿਕਾਰਡ ਸ਼ਿਕਾਰਡ ਹੈ ਉਹ ਵੀ ਪੁੱਛਾਂਗੇ ਚਾਚੇ ਕੋਲੋਂ। ਅੱਛਾ ਚਾਚਾ ਜੀ ਇੱਧਰ ਨਾਲ ਆ ਜਾਓ, ਤੁਹਾਡੇ ਕੋਲ ਹੀ ਗੱਲਾਂ ਬਾਤਾਂ ਜਿਹੜੀਆਂ ਸਾਰੀਆਂ ਪੁੱਛਣੀਆਂ ਨੇ ਤੁਸੀਂ ਦੱਸਣੀਆਂ ਨੇ। ਅਸਲਾਮ ਵਾਲੇਕਮ ਜੀ। ਮੁੱਲ ਨੂੰ ਭਾਵੇਂ ਝੋਟੀ ਹੈ ਜੀ, ਕਿਤੇ ਹੋਰ ਥਾਂ ਤੇ ਖੜੀ ਹੋਵੇ ਤੇ ਸਾਡੀ ਤਾਂ ਘਰ ਦੀ ਹੈ, ਝੋਟੀ ਭਾਵੇਂ 6 ਲੱਖ ਦੀ ਵੇਚ ਲਈ ਤੁਸੀਂ ਜਾਇਜ਼ ਜਿਹੜੀ ਗੱਲ ਹੈ। ਅੱਛਾ ਚਾਚਾ ਜੀ ਅਸੀਂ ਜਾਇਜ਼ ਕਾਹਦੀ, ਤੁਸੀਂ ਜਾਇਜ਼ ਕਰਨੀ, ਤੁਹਾਡਾ ਕਹਿਣ ਦਾ ਮਕਸਦ ਹੈ ਵੀ ਕਿਧਰੇ ਵਪਾਰੀਆਂ ਕੋਲ ਖਲੋਤੀ ਹੋਵੇ ਤੇ ਇਹ ਝੋਟੀ 6 ਲੱਖ ਦੀ ਹੈ, ਅੱਛਾ ਚਾਚਾ ਜੀ ਮੈਂ ਤੁਹਾਡੀ ਗੱਲ ਮੰਨ ਗਿਆ, ਠੀਕ ਹੈ ਕਿ ਨਹੀਂ ਤੁਸੀਂ ਇਹਦਾ, ਕੋਈ ਵੀ ਬੰਦਾ ਵੇਖੇ ਤੇ ਆਖੇ ਵੀ ਵਾਕਿਆ ਝੋਟੀ 5 ਲੱਖ ਦੀ ਤੇ ਫਿਰ ਮੇਰਾ 4 ਮੰਗਣ ਦਾ ਹੱਕਦਾਰ ਆ ਨਾ ਮੈਂ? ਨਹੀਂ ਨਹੀਂ ਫਿਰ ਤਾਂ ਤੂੰ ਹੱਕਦਾਰ ਹੈਗਾ, ਬਾਕੀ ਜਿਹੜਾ ਨਾ ਆਪਾਂ ਕੋਈ ਨਾ ਭਰਾਵਾਂ ਲਈ ਪੈਕੇਜ ਹੀ ਰੱਖਣਾ, ਠੀਕ ਹੈ ਕਿ ਨਹੀਂ? ਚਾਰ ਚੂਰ ਵਾਲੀ ਗੱਲ ਕੋਨੀ ਹੂੰ ਤੇ ਕੋਈ ਸੋਹਣੀਆਂ ਜਿਹੀਆਂ ਗੱਲਾਂ ਕਰ ਜਿਹੜਾ ਨਾ ਇਨਸ਼ਾਅੱਲਾ ਤਾਲਾ ਵੀਡੀਓ ਲੱਗੇ, ਜਿਹੜੇ ਮੇਰੇ ਭਰਾ ਆਪਣੇ ਨਾਲ ਅਟੈਚ ਨੇ ਵੇਖਦਿਆਂ ਸਾਰੀ ਆਪਾਂ ਨੂੰ ਫੋਨ ਆ ਜਾਵੇ ਕਿ ਜੀ ਅਸੀਂ ਝੋਟੀ ਦੀ ਜਿਹੜੀ ਨਾ ਖਰੀਦਦਾਰੀ ਗਾਹਕ ਹਾਂ ਤੇ ਕੋਈ ਸੋਹਣੀਆਂ ਜਿਹੀਆਂ ਗੱਲਾਂ ਤੇਰੇ ਵਾਸਤੇ। ਫਿਰ ਇੰਜ ਹੀ ਵੀ ਤੂੰ ਕੋਈ 10-20 ਘੱਟ ਦੇ ਦੇ। ਨਹੀਂ 10-20 ਨਹੀਂ, ਅੱਛਾ 80 ਦੀ ਲੈ ਜਾ ਮੇਰੀ ਝੋਟੀ, ਇਹਨੇ ਦੀ ਸਿਰਫ ਤਲਕ ਵਾਸਤੇ ਮੈਂ ਤੈਨੂੰ ਦੇ ਰਿਹਾ ਇਹਨੇ ਦੀ। ਅੱਛਾ ਕਿਉਂਕਿ ਮੈਂ ਤੂੰ ਆਣ ਕੇ ਮੇਰੇ ਨਾਲ ਤਲਕ ਬਣਾਇਆ, ਆਖਿਆ ਵੀ ਨਹੀਂ ਚਾਚਾ ਮੈਂ। ਚਾਚਾ ਜੀ ਤਲਕ ਦਾ ਤੇ ਇਹ ਮਾਲ ਦੀ ਮੁੱਲੀ ਵਿਕਦਾ, ਠੀਕ ਹੈ ਜੇ ਪਾਸੇ ਝੋਟੀ 5 ਲੱਖ ਦੀ ਫਿਰ ਤਾਂ ਮੈਨੂੰ ਉਹਨੇ ਆਖਿਆ 3 ਲੱਖ 80 ਦੇਣ ਦਾ ਤੂੰ ਹੱਕਦਾਰ ਹੈਗਾ। ਅੱਛਾ ਅੱਛਾ ਚਾਚਾ ਪਤਾ ਹੀ ਕੀ ਰੌਲਾ, ਅਸੀਂ ਵੀ ਜਿਹੜਾ ਨਾ ਜਾਨਵਰ ਹੀ ਸਾਰਾ ਦਿਨ ਵੇਖੀਦੇ ਨੇ, ਠੀਕ ਹੈ ਤੁਸੀਂ ਜਿਹੜਾ ਨਾ ਮੁੱਲ ਛੁੱਲ ਕੀਤਾ ਬਕਾਇਆ ਨਾ ਕੋਈ ਸੋਹਣੀ ਜੀ ਗੱਲ ਕਰੋ, ਉਹ ਜੋ ਝੋਟੀ ਦੇ ਨਾਲ ਵਿੱਚ ਤੁਹਾਡਾ ਹੀ ਆਣਾ, ਮੈਂ ਤੇਰੇ ਨਾਲ ਪੂਰੇ ਪੂਰੇ। ਅੱਛਾ ਝੋਟੀ ਤਾਂ ਮੈਂ ਤੈਨੂੰ ਪੂਰੇ ਮੁੱਲ ਦਿੱਤੀ, ਤੂੰ ਛਡਾਉਣੇ ਨੇ ਜਿਹੜੇ ਵਿਚਾਰਾਂ ਨੇ ਛਡਾਉਣੇ ਨੂੰ ਵੀ ਤਲਕ ਨਾਲ ਝੋਟੀ ਮੇਰੀ ਜਿਹੜਾ ਵੀ ਲਵੇ ਦਾ ਝੋਟੀ 5 ਲੱਖ ਦੀ 5 ਲੱਖ ਦੀ ਤਲਕ ਨਾਲ ਤੈਨੂੰ ਮਾਸਤਾ ਵੀ 3-80 ਦੇ ਦੇ। 3-80 ਤਾਂ ਚਾਚਾ ਮੇਰੇ ਹਿਸਾਬ 'ਚ ਕੋਈ ਜ਼ਿਆਦਾ, ਥੋੜ੍ਹੀ ਜਿਹੀ ਮੁਹੱਬਤ ਕਰਕੇ ਨਾ ਕੋਈ ਜਾਇਜ਼। ਅਸੀਂ ਨਹੀਂ ਜਾਂਦੇ ਤੇ ਲੋਕਾਂ ਤਾਂ ਚਲੋ ਸੁਣਦੇ ਤਾਂ ਰਹਿੰਦੇ ਨਾ, ਮਾਲ ਲੋਕਾਂ ਦਾ ਵੇਖਦਾ, ਝੋਟੀ ਵੀ ਤਾਂ ਨਹੀਂ ਸ਼ਾਲਾ ਪੂਰੇ ਇਹਨਾਂ 10 ਪਿੰਡਾਂ 'ਚ ਨਹੀਂ ਹੈਗੀ ਹੈਗੀ। ਅੱਛਾ ਅੱਛਾ ਚਾਚਾ ਪਤਾ ਹੀ ਕੀ ਰੌਲਾ, ਮੈਂ ਤੇਰੇ ਨਾਲ ਅੱਗੇ ਵੀ ਕਰਦਾ ਪਿਆ ਸੀ, ਮੇਰਾ ਕੈਮਰੇ 'ਚ ਹਰ ਚੀਜ਼ ਕੀ ਦੱਸਣਾ, ਦੱਸੋ ਕੀ ਕਹਿੰਦੇ। ਪੁੱਤਰ ਝੋਟੀ ਦੀ ਪੂਛ ਵੇਖ, ਧਾਖੇ ਰੰਗੀ ਲੱਤ ਵੇਖ, ਝੋਟੀ ਦੀ ਝੋਟੀ ਦਾ ਪੁੱਠਾ ਵੇਖ, ਝੋਟੀ ਬੰਦੇ ਦੇ ਛਿਰ ਜਿਹੀ ਹੈ, 6 ਫੁੱਟ ਕੱਦ ਹੈ ਤੇ ਝੋਟੀ ਮੇਰੇ ਕੱਦ ਦੀ ਨਹੀਂ ਹੈ। ਵੇਖ ਤਾਂ ਸਹੀ ਆਣ ਕੇ ਝੋਟੀ ਨੂੰ ਜ਼ਰਾ, ਪਿੱਛੇ ਥੱਬੇ ਦਾ ਚੱਡਾ ਹੈ ਤੇ ਦੁੱਧ ਤੇ ਆਈ ਤਾਂ ਮਾਸ਼ਾਅੱਲਾ ਤੈਨੂੰ ਪਤਾ ਲੱਗ ਜਾਏ ਵੀ ਝੋਟੀ ਵਾਕਿਆ ਹੀ 5 ਲੱਖ ਦੀ, ਤੇਰੇ ਨਾਲ ਤਾਂ ਮੁੱਲ ਹੀ ਨਹੀਂ ਕਰ। ਅੱਛਾ ਚਲੋ ਠੀਕ ਹੈ, ਸਾਰੀਆਂ ਚੀਜ਼ਾਂ ਵਹਾਤੀਆਂ ਨੇ, ਹੁਣ ਕੀ ਸਾਡੇ ਆਸਤੇ ਕੋਈ ਮੁਹੱਬਤ ਬੋਲੋ, ਕਿੰਨੇ 'ਚ ਫਾਈਨਲ ਹੋ ਜਾਏਗੀ ਜਿਹੜੀ ਹੈ ਨਾ ਪੁੱਤਰ, ਜਿੱਥੋਂ 5 ਦਾ ਕਸਮ ਵਾਲੀ ਗੱਲ ਤੇਰੇ ਵਾਸਤੇ 75,000 ਦੀ ਵੀ ਨਹੀਂ ਮੰਗਦਾ ਪਿਆ ਮੈਂ, ਸਾਰੇ ਛੱਡ ਕੇ ਰੁਪਈਆ 5 ਵੀ ਨਹੀਂ ਛੱਡਣੇ। ਅੱਛਾ ਤੇ ਆਪਣਾ 3,60,000 ਦੀ ਝੋਟੀ ਦਾ। ਅੱਛਾ 3,60,000 ਦਾ ਨੋਟ ਨਾ ਮੈਨੂੰ ਘਟਾਵੀ ਤੇ ਨਾ ਮੈਂ ਘਟਣਾ ਹੀ। ਅੱਛਾ ਪੁੱਤਰਾਂ ਰੰਗੀ ਝੋਟੀ ਤੇਰੀ, ਪੁੱਤਰਾਂ ਰੰਗੀ ਝੋਟੀ ਮਾਸ਼ਾਅੱਲਾ ਚੱਲਾ ਦੇ ਹੁਕਮ ਨਾਲ ਮੈਂ ਤੇ ਮੂੰਹ ਤੇ ਪੈਸੇ ਪੈਂਦੇ ਨੇ ਭਾਵੇਂ 6 ਲੱਖ ਹੀ ਬਾਕੀ। ਅੱਛਾ
ਲੋ ਭਰਾਵੋ ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਤਾਲਾ ਤੈਨੂੰ ਯਾਦ ਕਰੇ ਨਾ ਝੋਟੀ ਦਾ ਵੇਖੇ ਨਾ ਹਾਂਜੀ ਮਾਸ਼ਾਅੱਲਾ ਜਿੱਥੇ ਮਰਜ਼ੀ ਹੱਥ ਲੈ ਜਾ ਪਹਿਲਾਂ ਹੋ ਕੇ ਤੇ ਝੋਟੀ ਦਾ ਇਨਸ਼ਾਅੱਲਾ ਤਾਲਾ ਵੇਖਦਾ ਸੀ ਝੋਟੀ ਨੂੰ ਤੱਕਦਾ ਸੀ ਪੁੱਤਰ ਨਹੀਂ ਨਹੀਂ ਮੈਂ ਚਾਚਾ ਸਾਰੀਆਂ ਚੀਜ਼ਾਂ ਵੇਖ ਲਈਆਂ ਨੇ ਇਨਸ਼ਾਅੱਲਾ ਤਾਲਾ ਨਹੀਂ ਤੈਨੂੰ ਕੀ ਸੁਧਾਣਾ ਹੈ ਤੇਰਾ ਰਿਜ਼ਕ ਇਨਸ਼ਾਅੱਲਾ ਤਾਲਾ ਅਸੀਂ ਤਾਂ ਭਰਾਵਾਂ ਨੂੰ ਬਹਾਣਾ ਹੈ ਜੇਕਰ ਮੇਰੇ ਕਿਸੇ ਘੱਟ ਨਹੀਂ ਆਪਾਂ ਗੱਲ ਕਰਨੀ ਮੇਰੇ ਕਿਸੇ ਭਰਾ ਦੇ ਪਸੰਦ ਆ ਗਈ ਤੇ ਇਨਸ਼ਾਅੱਲਾ ਤਾਲਾ ਕਿਉਂ ਨਹੀਂ ਜ਼ਰੂਰ ਤੇਰੇ ਨਾਲ ਰਾਬਤਾ ਕਰਾਂਗੇ ਅੱਲਾ ਖਿਆਲ ਰੱਖੇ ਦੇਖ ਝੋਟੀ ਨੂੰ ਅੱਲਾ ਦੇ ਹੁਕਮ ਨਾਲ ਤੱਕਦੇ ਰੋ ਮੁੱਠ ਮੁੱਠ ਥਾਣੇ ਤੇ ਯਾਰ ਰੁਕ ਰੁਕ ਦਾ ਝੋਟੀ ਨੂੰ ਲੱਗਾ ਤੇ ਰੱਬ ਨੇ ਬਹਿ ਬਹਿ ਕੇ ਬਣਾਈ ਹੈ ਥੱਲੇ ਵੀ ਕੱਟੀ ਹੈ ਨਾ ਹਾਂ ਥੱਲੇ ਵੀ ਕੱਟੀ ਮਾਸ਼ਾਅੱਲਾ ਦੋ ਨੇ ਕੱਟੀ ਥੱਲੇ ਕੱਟੀ ਵੇਖ ਕਬੂਤਰ ਰੰਗੀ ਕੱਟੀ ਮਾਸ਼ਾਅੱਲਾ ਮਾਂ ਨਾਲੋਂ ਕੱਟੀ ਸੋਹਣੀ ਦੋ ਦਿਨਾਂ ਦੀ ਅਜੇ ਕੀ ਵੇਖ ਦਿਸਦੇ ਪੈ ਤਾਂ ਝੋਟੀ ਬਣੇ ਨੇ ਇਨਸ਼ਾਅੱਲਾ ਕਿਤੇ ਯਾਦ ਕਰਨ ਦਾ ਜਿਹਨੇ ਲੈ ਲਈ ਉਹ ਆਖੇ ਤਾਂ ਵਾਕਿਆ ਹੀ ਮੈਂ ਕੁਛ ਹੈ ਲਈ ਜਾਂਦਾ ਚਲੋ ਠੀਕ ਹੋ ਗਿਆ ਜੀ ਪਾਏ ਹੋਣਗੇ ਜਿਵੇਂ ਲੋਕੀ ਕਰਦੇ ਨੇ ਤੇ ਜਿਵੇਂ ਆਹ ਨਾ ਗਾਨੀਆਂ ਛਾਨੀਆਂ ਤੇ ਝੋਟੀ ਤੇ ਖੜੀ ਹੈ ਸਾਡੀ ਜੀ ਕੱਲ ਸਹੀ ਹੈ ਤਾਂ ਉਧਰੀ ਖੜੀ ਨੂੰ ਦੇਖਦੀ ਨਹੀਂ ਲਓ ਜੀ ਇਸ ਨਾਲ ਹੀ ਰਾਏ ਸਾਕਬਲੀ ਨੂੰ ਇਜਾਜ਼ਤ ਦਿਓ ਇੱਕ ਲਾਜਵਾਬ ਵੀਡੀਓ ਨਾਲ ਹਾਜ਼ਰ ਹੋਵਾਂਗੇ ਸਾਡਾ ਰਾਬਤਾ ਨੰਬਰ ਉੱਤੇ ਸਕਰੀਨ ਤੇ ਚੱਲ ਰਿਹਾ ਹੋਵੇਗਾ 0300 45 76 252 ਇਹ ਹੀ ਵਟਸਐਪ ਨੰਬਰ ਜੇ ਇਹ ਹੀ ਲੋਕਲ ਨੰਬਰ ਹੈ ਅਗਰ ਮੇਰੇ ਕਿਸੇ ਭਰਾ ਦੇ ਪਸੰਦ ਆਵੇ ਤਾਂ ਤੁਸੀਂ ਸਾਡੇ ਨਾਲ ਅਟੈਚ ਹੋ ਕੇ ਰਾਬਤਾ ਕਰਕੇ ਇਹਦੀ ਖਰੀਦਦਾਰੀ ਕਰ ਸਕਦੇ ਜੇ ਇਨਸ਼ਾਅੱਲਾ ਤਾਲਾ ਚਾਚੀ ਹੋਰਾਂ ਨੇ ਤੁਹਾਨੂੰ ਦੱਸਤਾ ਵੀ ਰੇਟ ਤਾਂ ਜਿਹੜਾ 4 ਲੱਖ ਕਹਿੰਦੇ ਸਨ ਕਹਿੰਦੇ ਨੇ 3 ਲੱਖ ਅਤੇ 60,000 ਦੇ ਵਿੱਚ ਫਾਈਨਲ ਦਿਆਂਗੇ ਅਤੇ ਬਾਕੀ ਇਨਸ਼ਾਅੱਲਾ ਤਾਲਾ ਕੋਈ ਮੇਰਾ ਭਰਾ ਸਾਡੇ ਨਾਲ ਅਟੈਚ ਹੋਵੇਗਾ ਅਤੇ ਚਾਚੇ ਦਾ ਕੋਈ ਹੋਰ ਵੀ ਮਿੰਤਰਲਾ ਕਰਕੇ ਜਿਹੜਾ ਨਾ ਇਨਸ਼ਾਅੱਲਾ ਲੈ ਕੇ ਦਿਆਂਗੇ ਬਕਾਇਆ ਜਾਨਵਰ ਦੀਆਂ ਤਸੱਲੀਆਂ ਤੁਹਾਨੂੰ ਕਰਾਤੀਆਂ ਨੇ ਇਸ ਨਾਲ ਹੀ ਰਾਏ ਸਾਕਬਲੀ ਨੂੰ ਇਜਾਜ਼ਤ ਦਿਓ ਇੱਕ ਲਾਜਵਾਬ ਵੀਡੀਓ ਨਾਲ ਹਾਜ਼ਰ ਹੋਵਾਂਗੇ ਪਾਕਿਸਤਾਨ ਜ਼ਿੰਦਾਬਾਦ